ਪਹਿਲਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਦੇ ਨਾਲ ਵੇਖੋ ਕਿਵੇਂ ਇਸ ਦੇ ਵਿੱਚ ਸੜਕ ਤੇ ਸ਼ਖਸ ਕੁਰਸੀ ਡਾ ਕੇ ਬੈਠਾ ਤਾਂ ਸਾਹਮਣੇ ਇੱਕ ਪੁਲਿਸ ਦਾ ਬੂਥ ਵੀ ਨਜ਼ਰ ਆ ਰਿਹਾ ਤੇ ਆਸੇ ਪਾਸੇ ਤੋਂ ਗੱਡੀਆਂ ਲੰਘ ਰਹੀਆਂ ਸੀ ਪਰ ਇਹ ਉੱਥੇ ਹੀ ਬੈਠਾ ਆਪਣਾ ਦਬਦਬਾ ਵਿਖਾ ਰਿਹਾ ਹੁੰਦਾ ਤਾਂ ਹੁਣ ਵੇਖੋ ਇਹ ਵੀਡੀਓ ਵੇਖ ਸਕਦੇ ਹੋ ਕਿਵੇਂ ਇਸ ਟਰੱਕ ਨੇ ਇਸ ਨੂੰ ਟੱਕਰ ਮਾਰੀ ਹੈ ਜਿਸ ਕਾਰਨ ਕੁਰਸੀ ਟੁੱਟਦੀ ਹੈ ਤੇ ਉਹ ਸ਼ਖਸ ਟੋਰ ਨਾਲ ਜੋ ਕੁਰਸੀ ਤੇ ਕੁਝ ਸਮੇਂ ਪਹਿਲਾਂ ਬੈਠਾ ਸੀ ਉਹ ਹੁਣ ਮੁੱਦੇ ਮੂੰਹ ਜ਼ਮੀਨ ਤੇ ਡਿੱਗਦਾ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਸ਼ਖਸ ਦੇ ਵੱਲੋਂ ਸੜਕ ਦੇ ਵਿਚਕਾਰ ਆਪਣੀ ਕੁਰਸੀ ਲਗਾਈ ਗਈ ਤਾਂ ਦਿਖਾ ਰਿਹਾ ਸੀ ਕਿ ਉਸਦਾ ਇਲਾਕੇ ਦੇ ਵਿੱਚ ਕੀ ਦਬਦਬਾ ਤਾਂ ਗੱਡੀਆਂ ਆਉਂਦੀਆਂ ਨੇ ਜਾਂਦੀਆਂ ਨੇ ਜੋ ਕਿ ਇਸ ਸ਼ਖਸ ਨੂੰ ਵੇਖ ਕੇ ਸਾਈਡ ਤੋਂ ਲੰਘ ਜਾਂਦੇ ਨੇ ਤਾਂ ਇੱਕ ਟਰੱਕ ਕੋਲ ਦੀ ਲੰਘਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਉਸਦੀ ਸਾਈਡ ਇਸ ਕੁਰਸੀ ਨੂੰ ਲੱਗ ਜਾਂਦੀ ਹੈ ਤੇ ਇਹ ਕੁਰਸੀ ਟੁੱਟਦੀ ਹੈ ਤੇ ਇਹ ਸ਼ਖਸ ਹੇਠਾਂ ਜ਼ਮੀਨ ਤੇ ਡਿੱਗਦਾ ਤੇ ਇਸਦੀ ਜਾਨ ਵਾਲ ਵਾਲ ਬਚਦੀ ਹੈ ਤਾਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਜੋ ਵੀ ਲੋਕ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਇਸ ਘਟਨਾ ਦਾ ਪੂਰਾ ਸਵਾਦ ਲਿਆ ਤੇ ਹੱਸਦੇ ਹੋਏ ਵੀ ਨਜ਼ਰ ਆਏ ਕਿਉਂਕਿ ਉਹਨਾਂ ਨੇ ਸਾਰੀ ਘਟਨਾ ਆਪਣੇ ਅੱਖਾਂ ਨਾਲ ਵੇਖੀ ਕਿ ਕਿਵੇਂ ਉਹ ਸੜਕ ਦੇ ਵਿਚਕਾਰ ਬੈਠ ਕੇ ਪਹਿਲਾਂ ਤਾਂ ਆਪਣਾ ਦਬਦਬਾ ਵਿਖਾ ਰਿਹਾ ਸੀ ਤੇ ਕੁਝ ਹੀ ਪਲਾਂ ਦੇ ਵਿੱਚ ਉਹ ਮੁੱਦੇ ਮੂੰਹ ਹੇਠਾਂ ਡਿੱਗਦਾ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਵੇਖ ਕੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇ ਸਕਦੇ ਹੋ ਤਾਂ ਦੱਸ ਦਈਏ ਕਿ ਵੀਡੀਓ ਪ੍ਰਤਾਪਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਖਸ ਦੇ ਵੱਲੋਂ ਪਹਿਲਾਂ ਤਾਂ ਸੜਕ ਦੇ ਵਿਚਕਾਰ ਕੁਰਸੀ ਲਗਾਈ ਗਈ ਤੇ ਫਿਰ ਕੁਝ ਹੀ ਪਲਾਂ ਦੇ ਵਿੱਚ ਇਹ ਹੇਠਾਂ ਜ਼ਮੀਨ 'ਤੇ ਡਿੱਗਦਾ।